ਉਹ ਕਿਹੜੀਆਂ ਦੋ ਘਟਨਾਵਾਂ ਆਈਆਂ ਪਿਛਲੇ ਦਿਨੀ ਵਾਪਰੀਆਂ ਜਿਸ ਨੇ ਸਿੱਖ ਜਵਾਨੀ ਦੇ ਅੰਦਰ ਨੂੰ ਝੰਜੋੜ ਕੇ ਰੱਖ ਦਿੱਤਾ ਤੇ ਉਹ ਆਪਣੇ ਵਿਰਸੇ ਵੱਲ ਆਕਰਸ਼ਿਤ ਹੋਏ ਆ ਉਹ ਕਿਹੜੀਆਂ ਦੋ ਘਟਨਾਵਾਂ ਆਈਆਂ ਜਿਹੜੀਆਂ ਦਾ ਇਤਿਹਾਸ ਜਾਣ ਕੇ ਉਹਨਾਂ ਨੇ ਮੋੜ ਆਪਣੇ ਪੁਰਖਿਆਂ ਤੇ ਪੂਰਾ ਮਾਣ ਕਰਨਾ ਸ਼ੁਰੂ ਕਰ ਦਿੱਤਾ ਜਿਨ੍ਹਾਂ ਦੇ ਇਤਿਹਾਸ ਨੂੰ ਉਹ ਭੁੱਲ ਰਹੇ ਸੀ ਉਹਨਾਂ ਦੋਨਾਂ ਘਟਨਾਵਾਂ ਦਾ ਜ਼ਿਕਰ ਮੈਂ ਤੁਹਾਡੇ ਨਾਲ ਕਰਾਂਗਾ ਪਰ ਉਸ ਤੋਂ ਪਹਿਲਾਂ ਨਾ ਮੈਂ ਇੱਕ ਕਹਾਣੀ ਸੁਣਾਉਣੀ ਆ ਤਾਂ ਕਿ ਕਈ ਵਾਰੀ ਕੀ ਹੁੰਦਾ ਨਾ ਜਦੋਂ ਅਸੀਂ ਸੁੱਤੇ ਨੂੰ ਜਗਾਉਣਾ ਹੋਵੇ ਨਾ ਕਦੇ ਕਦੇ ਧੱਕਾ ਮਾਰਨਾ ਪੈਂਦਾ ਤਾਂ ਮਾਫ਼ ਕਰਨਾ ਕਿਸੇ ਵੀ ਵੀਰ ਨੇ ਗੁੱਸਾ ਨਹੀਂ ਕਰਨਾ ਤਾਂ ਮੈਂ ਕਹਾਣੀ ਜ਼ਰੂਰ ਸੁਣਨੀ ਆ ਫਿਰ ਅੱਗੇ ਆਪਾਂ ਉਹ ਘਟਨਾਵਾਂ ਦਾ ਜ਼ਿਕਰ ਵੀ ਕਰਨਾ ਗਾ ਅਤੇ ਮੈਂ ਇੱਕ ਬੇਨਤੀ ਕਰੂੰਗਾ ਕਿ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਜੇ ਅਸੀਂ ਸ਼ੇਅਰ ਨਹੀਂ ਕਰਾਂਗੇ ਫਿਰ ਹੋਰ ਕੌਣ ਕਰੂਗਾ ਇਹਨੂੰ ਕਹਿੰਦੇ ਇੱਕ ਨਾ ਜੰਗਲ ਦੇ ਵਿੱਚ ਸ਼ੇਰ ਦਾ ਬੱਚਾ ਨਾ ਕਿਤੇ ਬਾਕੀ ਦੇ ਸ਼ੇਰਾਂ ਦੇ ਝੁੰਡ ਨਾਲੋਂ ਵਿਛੜ ਗਿਆ ਅਤੇ ਉਹ ਨਾ ਕਿਸੇ ਆਜੜੀ ਦੇ ਹੱਥ ਆ ਗਿਆ ਭੇਡਾਂ ਬੱਕਰੀਆਂ ਵਾਲੇ ਦੇ ਅਤੇ ਆਜੜੀ ਉਹਨੂੰ ਘਰੇ ਲਿਆ ਆ ਘਰੇ ਲਿਆ ਕੇ ਭੇਡਾਂ ਬੱਕਰੀਆਂ ਦਾ ਦੁੱਧ ਪਿਆਇਆ ਉਹਦਾ ਪਾਲਣ ਪੋਸ਼ਣ ਕਰਿਆ ਉਹ ਭੇਡਾਂ ਦੇ ਨਾਲ ਬੱਕਰੀਆਂ ਦੇ ਨਾਲ ਖੇਡਦਾ ਭੱਜਦਾ ਟੱਪਦਾ ਨੱਸਦਾ ਵੱਡਾ ਹੋ ਗਿਆ ਔਰ ਉਹਦੀਆਂ ਆਦਤਾਂ ਉਹਦਾ ਸੁਭਾਅ ਵੀ ਭੇਡਾਂ ਵਰਗਾ ਬਣ ਗਿਆ ਕਹਿੰਦੇ ਜੰਗਲ ਦੇ ਵਿੱਚ ਇੱਕ ਦਿਨ ਨਾ ਇੱਜੜ ਚੜ ਰਿਹਾ ਸੀ ਅਤੇ ਨਾਲ ਹੀ ਉਹ ਸ਼ੇਰ ਵੀ ਤੁਰਿਆ ਫਿਰਦਾ ਸੀ ਵਿੱਚੇ ਖੇਡਦਾ ਬੱਕਰੀਆਂ ਭੇਡਾਂ ਦੇ ਅਤੇ ਦੂਰੋਂ ਨਾ ਇੱਕ ਜੰਗਲ ਦੇ ਸ਼ੇਰ ਨੇ ਦੇਖਿਆ ਯਾਰ ਬੰਸ ਤਾਂ ਸਾਡੀ ਲੱਗਦੀ ਆ ਲੱਗਦਾ ਤਾਂ ਸ਼ੇਰ ਆ ਸ਼ੇਰ ਦਾ ਬੱਚਾ ਗਾ ਪਰ ਪਤਾ ਨਹੀਂ ਕਿਉਂ ਇਹ ਭੇਡਾਂ ਬੱਕਰੀਆਂ 'ਚ ਕਿਉਂ ਤੁਰਿਆ ਫਿਰਦਾ ਗਾ ਉਹ ਬੜਾ ਹੈਰਾਨ ਹੋਇਆ ਅਤੇ ਹੈਰਾਨ ਹੋ ਕੇ ਨਾ ਉਹ ਚਲੋ ਕਹਿੰਦੇ ਕੋਲੇ ਆ ਗਿਆ ਕੋਲੇ ਆ ਕੇ ਉਹਨੇ ਆਖਿਆ ਵੀ ਆਹ ਤੂੰ ਕੀ ਕੰਮ ਕਰ ਰਿਹਾ ਤੂੰ ਭੇਡਾਂ ਬੱਕਰੀਆਂ 'ਚ ਤੁਰਿਆ ਫਿਰਦਾ ਗਾ ਯਾਰ ਤੂੰ ਤਾਂ ਸ਼ੇਰ ਦੀ ਅੰਸ ਆ ਤੂੰ ਤਾਂ ਸ਼ੇਰ ਆ ਅਤੇ ਉਹ ਮੰਨਣ ਨੂੰ ਤਿਆਰ ਹੀ ਨਾ ਹੋਇਆ ਜਿਹੜਾ ਭੇਡਾਂ 'ਚ ਪਲਿਆ ਸੀ ਉਹ ਕਹਿੰਦਾ ਨਹੀਂ ਨਹੀਂ ਮੈਂ ਤਾਂ ਭੇਡਾਂ ਬੱਕਰੀਆਂ ਰ ਗਈ ਹਾਂ ਅਤੇ ਮੈਨੂੰ ਇਹ ਗੱਲ ਨਾ ਦੱਸ ਅਤੇ ਜਦੋਂ ਕਿਸੇ ਹਿਸਾਬ 'ਚ ਨਾ ਆਈ ਗੱਲ ਜਿਹੜਾ ਜੰਗਲ ਦਾ ਸ਼ੇਰ ਸੀ ਉਹਨੇ ਉਹਨੂੰ ਆਖਿਆ ਵੀ ਐਂ ਕਰ ਤੂੰ ਇੱਕ ਵਾਰ ਨਾ ਮੇਰੇ ਨਾਲ ਖੂਹ 'ਤੇ ਚੱਲ ਬਾਕੀ ਮੈਂ ਫਿਰ ਅੱਗੇ ਕੁਛ ਨਹੀਂ ਕਹਿਣਾ ਤੈਨੂੰ ਕਹਿੰਦੇ ਉਹ ਭੇਡਾਂ ਬੱਕਰੀਆਂ 'ਚ ਪਲਿਆ ਸ਼ੇਰ ਦਾ ਬੱਚਾ ਨਾ ਉਹ ਜੰਗਲ ਦੇ ਸ਼ੇਰ ਨਾਲ ਖੂਹ 'ਤੇ ਜਾ ਵੜਿਆ ਉਹਨੇ ਮੌਨ 'ਤੇ ਖੜਾ ਲਿਆ ਉਹਨੇ ਮੌਨ 'ਤੇ ਖੜ ਕੇ ਆਖਿਆ ਲੈ ਵੀ ਥੱਲੇ ਦੇਖ ਤੂੰ ਖੂਹ ਦੇ ਪਾਣੀ ਵਿੱਚ ਜਦੋਂ ਪਾਣੀ ਬੰਨੀ ਝਾਕਿਆ ਸ਼ੇਰ ਦਾ ਬੱਚਾ ਜਿਹੜਾ ਭੇਡਾਂ ਬੱਕਰੀਆਂ 'ਚ ਪਲਿਆ ਸੀ ਅਤੇ ਜੰਗਲ ਦੇ ਸ਼ੇਰ ਨੇ ਆਖਿਆ ਦੇਖ ਕਹਿੰਦਾ ਤੇਰੀ ਸ਼ਕਲ ਅਤੇ ਮੇਰੀ ਸ਼ਕਲ ਰਲਦੀ ਆ ਹੁਣ ਸ਼ਕਲਾਂ ਦਿਸੀਆਂ ਅਤੇ ਉਹ ਕਹਿੰਦਾ ਵੀ ਹਾਂ ਸ਼ਕਲ ਤਾਂ ਆਪਣੀ ਰਲਦੀ ਆ ਉਹ ਕਹਿੰਦਾ ਫਿਰ ਹੁਣ ਐਂ ਕਰ ਜਿਵੇਂ ਸ਼ੇਰ ਗਰਜਦੇ ਹੁੰਦੇ ਆ ਨਾ ਜਿਵੇਂ ਅਸੀਂ ਗਰਜਦੇ ਹਾਂ ਕਿਉਂਕਿ ਉਹ ਤਾਂ ਕਦੇ ਗਰਜਿਆ ਹੀ ਨਹੀਂ ਸੀ ਵਿਚਾਰਾ ਉਹਨੂੰ ਆਖਿਆ ਤੂੰ ਉਵੇਂ ਹੀ ਕੋਸ਼ਿਸ਼ ਕਰਕੇ ਦੇਖ ਇੱਕ ਵਾਰੀ ਕਹਿੰਦੇ ਜਦੋਂ ਉਹ ਬੱਕਰੀਆਂ ਭੇਡਾਂ ਨਾਲ ਪਲਿਆ ਸ਼ੇਰ ਦਾ ਬੱਚਾ ਫਿਰ ਗਰਜਿਆ ਨਾ ਅਤੇ ਆ ਜਿਹੜੀ ਕਿ ਭੇਡਾਂ ਬੱਕਰੀਆਂ ਸਭ ਦੌੜ ਗਈਆਂ ਉਹਨੂੰ ਪਤਾ ਲੱਗ ਗਿਆ ਵੀ ਮੈਂ ਅੰਸ ਕਿਹਦੀ ਹਾਂ ਔਰ ਉਹ ਵੀ ਉਹ ਆਜ਼ਾਦ ਹੋ ਕੇ ਜੰਗਲ ਦੇ ਵਿੱਚ ਚਲਾ ਗਿਆ ਜੰਗਲ ਦੇ ਸ਼ੇਰ ਨਾਲ ਤਾਂ ਸਤ ਸੰਗਤ ਜੀ ਜਿਹੜੀਆਂ ਪਿੱਛੇ ਦੋ ਘਟਨਾਵਾਂ ਘਟੀਆਂ ਨਾ ਉਹ ਬਿਲਕੁਲ ਸਾਡੀ ਕਹਾਣੀ ਨਾਲ ਮਿਲਦੀਆਂ ਜੁਲਦੀਆਂ ਪਹਿਲੀ ਕੀ ਆ ਪਹਿਲੀ ਮਸਤਾਨੇ ਫਿਲਮ ਆਈ ਕਿਉਂਕਿ ਜਵਾਨੀ ਆ ਜਿਹੜੀ ਉਹ ਫਿਲਮਾਂ ਦੀ ਸ਼ੌਕੀਨ ਹੁੰਦੀ ਆ ਉਹ ਦ੍ਰਿਸ਼ਾਂ ਨੂੰ ਬੜਾ ਚਾਹੁੰਦੀ ਆ ਉਸ ਤਰ੍ਹਾਂ ਦਾ ਇਤਿਹਾਸ ਕਈ ਵਾਰੀ ਜਿਸ ਤਰ੍ਹਾਂ ਸੁਣਾਉਂਦੇ ਆ ਅਸੀਂ ਪਹਿਲਾਂ ਸੁਣ ਲੈਂਦੇ ਸੀ ਪਰ ਅੱਜ ਦੀ ਜਵਾਨੀ ਨਹੀਂ ਸੁਣਦੀ ਕਿਉਂਕਿ ਅੱਜ ਦੀ ਜਵਾਨੀ ਆ ਜਿਹੜੀ ਉਹ ਫਿਲਮ ਸਿਨੇਮਿਆਂ 'ਚ ਮੋਬਾਈਲ 'ਤੇ ਯੂਟਿਊਬ 'ਤੇ ਆ ਤਾਂ ਜਦੋਂ ਉਹ ਪਰਦੇ 'ਤੇ ਫਿਲਮ ਆਈ ਔਰ ਉਹਨਾਂ ਨੇ ਦਿਖਾਇਆ ਵੀ ਸਾਡਾ ਤਾਂ ਕੋਈ ਸਵਾਂਗ ਵੀ ਕਰਨ ਲੱਗ ਜੇ ਨਾ ਸਾਡਾ ਤਾਂ ਕੋਈ ਨਕਲੀ ਭੇਸ ਵੀ ਬਣਾ ਲਿਆ ਕਿਉਂਕਿ ਪੰਡਾਂ ਨੇ ਉਹ ਫਿਲਮ ਦੇ ਵਿੱਚ ਭੇਸ ਬਣਾਇਆ ਅਤੇ ਉਹ ਵੀ ਕੀ ਕਰਿਆ ਉਹਨਾਂ ਨੇ ਨਾਦਰ ਸ਼ਾਹ ਦੇ ਜਵਾਨਾਂ ਨੂੰ ਜ਼ਕਰੀਆ ਖਾਨ ਦੇ ਜਵਾਨਾਂ ਨੂੰ ਐਂ ਬਿੰਦੋ ਬਿੰਦ ਝਟਕਾ ਤਾ ਇੰਨੀ ਪਾਵਰ ਆ ਕਿ ਨਾਦਰ ਸ਼ਾਹ ਵਰਗੇ ਜ਼ਕਰੀਆ ਖਾਂ ਵਰਗੇ ਕੰਬਦੇ ਸੀ ਸਾਡੇ ਪੁਰਖਿਆਂ ਤੋਂ ਉਹਨਾਂ ਨੇ ਇੱਕ ਵਾਰ ਨਾ ਪਰਦੇ 'ਤੇ ਸਾਨੂੰ ਜਦੋਂ ਇਹ ਇਤਿਹਾਸ ਸੁਣਾਇਆ ਔਰ ਤੁਸੀਂ ਦੇਖੋ ਜਦੋਂ ਨਾ ਉਹ ਫਿਲਮ ਦੇ ਵਿੱਚ ਕਹਿੰਦੇ ਆ ਕਿ ਦਿੱਲੀ ਤਾਕਤ ਪਰ ਬਹੇਗੀ ਆਣ ਗੁਰੂ ਕੀ ਫੌਜ ਸਤਰ ਚੁੱਲੇਗਾ ਸੀਸ 'ਤੇ ਬੜੀ ਕਰੇਗੀ ਮੌਜ ਅਤੇ ਜਿਹੜੇ ਹਾਲ ਆ ਨਾ ਉਹ ਜਕਾਰਿਆਂ ਨਾਲ ਗੂੰਜ ਉੱਠਦੇ ਆ ਅੰਦਰ ਤੋਂ ਝੰਜੋੜਿਆ ਗਿਆ ਕਿ ਤੁਸੀਂ ਯਾਰ ਬਾਰਸ ਕੀ ਦਿਓ ਤੁਹਾਡਾ ਵਿਰਸਾ ਕੀ ਆ ਤੁਹਾਡੇ ਪੁਰਖੇ ਕੀ ਆ ਜਿਨ੍ਹਾਂ ਨੂੰ ਅਸੀਂ ਭੁਲਾਇਆ ਹੋਇਆ ਸੀ ਜਿਨ੍ਹਾਂ ਨੂੰ ਅਸੀਂ ਵਿਸਰ ਚੁੱਕੇ ਸੀ ਉਹ ਸਾਨੂੰ ਯਾਦ ਆ ਜਾਂਦੇ ਆ ਅਤੇ ਸਾਨੂੰ ਇੱਕ ਤਰ੍ਹਾਂ ਨਾ ਮਾਣ ਮਹਿਸੂਸ ਹੁੰਦਾ ਦੂਜੀ ਘਟਨਾ ਫਿਰ ਥੋੜ੍ਹੇ ਦਿਨਾਂ ਬਾਅਦ ਇੱਕ ਹੋਰ ਘਟਦੀ ਆ ਉਹ ਘਟਨਾ ਕੀ ਆ ਉਹ ਅਮਰੀਕਾ ਦੀ ਨੈਸ਼ਨਲ ਲੀਗ ਫੁੱਟਬਾਲ ਟੀਮ ਆ ਔਰ ਉਹਨਾਂ ਦੀਆਂ ਟੀ ਸ਼ਰਟਾਂ ਦੇ ਨਾ ਹਰੀ ਸਿੰਘ ਨਲੂਏ ਦੀ ਉਹ ਸਿੱਖ ਜਰਨੈਲ ਯੋਧੇ ਦੀ ਤਸਵੀਰ ਲਾਈ ਜਾਂਦੀ ਆ
और जो वो तस्वीर उन्होंने टी शर्टा ते आ ते कल होना की आ होना ये आई ती मॉल दे सैर करते लोगों जेडे वो टीम चाहन वाले आ वो चाहे अमरीका दे गोरे होन चाहे किसी होर देश नाल संबंधित होन वो जो मॉल दे विच जाणगे गलियां बाजारां च जाणगे उन्हां दीआं टी शर्टां ते भी वह तस्वीर आऊगी एक ब्रांड बन गया सरदार हरी सिंह नलूए दीआं टी शर्टां दा एक ब्रांड होगा और सानू माण होगा और मैनू ये लगता कि एक बार वो टीम ने सानू ये दिखाता मौन ते खड़ा के भी तुसीं ऐ झाको खूह दे विच वो तुहाडी शकल की आ तुहाडा विरसा की आ तुसीं देखो खूह दे विच देखो जिवें शेर नूं दिखाया गया सी ना एक बार सानू उवें दिखाता वो फुटबॉल टीम ने कि साडे योधे कौन आ साडे सिख सरदार कौन आ तुसीं वारस की दे हो तुसीं अंश वंश की दे हो एक बार सानू फिर ये याद कराता और ये चीज़ ने साडी सिख नौजवानी नूं दोनों घटनावां ने एक तरह ना अंदर तो झंझोड़ता असी आने वाले दिन जिमें मस्ताने फिल्म से जकारे लग रहे आ और एक ना तुसी यूट्यूब ते फेसबुक ते रीलां जां शॉर्ट देखे होणगे बई आनंदपुर साहिब वल वापसी मस्ताने फिल्म तो बाद ये होया गा आनंदपुर साहिब वल वापसी दियां रीलां आ रही शॉर्ट आ रहे और इस तरह ही हुण की है कि जदों पूरी दुनिया च सारे अमरीका च बहुत वड्डी पद्धर ते ये हरी सिंह सरदार नलूए जरनैल दियां जदों तस्वीर छपनगियां क्योंकि जे उस फुटबॉल टीम ते ना एक छोटा जिहा स्टिकर भी लाउणा होवे तां कारपोरेट करोड़ां लखां डालर देण लई तैयार हुंदे आ पर उन्होंने पूरी दी पूरी टी शर्ट ते सरदार हरी सिंह नलूए की फोटो लाई आ और सानू वह मौन ते खड़ के दिखाया गया मैनू लगता कि साडे लई ए एडे वड्डे माण करन वाली गल आ कि उन्हां सानू मैं दोबारा फिर कह दिया मौन ते खड़ के जो दिखाया गया सानू वह हुण गर्जन गर्ज आ जिहड़ी साडी वह सारे आल संसार दे विच पूरे वर्ल्ड दे विच पहुँच जाणी आ भी ये जिहड़ी सिख आ ये किन्ने योधे किन्ने बहादुर किन्ने जरनैल आ और इस गल ते असीं माण करके अपने विरसे नाल अपने सभ्याचार नाल अपने सिक्खी नाल अपने बाणी बाणे नाल जुड़ांगे ते होईआं भुल्लां दी माफ़ी ते मैं एक बेनती करूँगा कि ये वीडियो नूं वध तों वध शेयर जरूर कर दिओ क्योंकि जे असीं शेयर नहीं करांगे फिर होर कौन करूगा इहनूं धन्यवाद।